ਬਿਲਾਵਲ ਕੀ ਵਾਰ ਮਹੱਲਾ ਚੌਥਾ। ਇਹ ਵਾਰ ਰਾਗ ਬਿਲਾਵਲ ਵਿੱਚ ਉਚਾਰਨ ਕੀਤੀ ਹੋਈ ਧੰਨ ਗੁਰੂ ਰਾਮਦਾਸ ਜੀ ਦੀ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਸਲੋਕ ਮਹੱਲਾ ਚੌਥਾ। ਇਹ ਬਾਣੀ ਧੰਨ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਹਰ ਉੱਤਮ ਹਰ ਪ੍ਰਭ ਗਾਵਿਆ ਕਰ ਨਾਦ ਬਿਲਾਵਲ ਰਾਗ। ਉਪਦੇਸ਼ ਗੁਰੂ ਸੁਨ ਮੰਨਿਆ ਧੁਰ ਮਸਤਕ ਪੂਰਾ ਭਾਗ। ਹੇ ਭਾਈ, ਪਿਛਲੇ ਕੀਤੇ ਕਰਮਾਂ ਅਨੁਸਾਰ ਜਿਸ ਮਨੁੱਖ ਦੇ ਮੱਥੇ ਉੱਤੇ ਧੁਰੋ ਤੋਂ ਹੀ ਪੂਰਨ ਭਾਗ ਹਨ, ਜਿਸ ਦੇ ਹਿਰਦੇ ਵਿੱਚ ਪੂਰਨ ਭਲੇ ਸੰਸਕਾਰਾਂ ਦਾ ਲੇਖ ਉੱਗੜਦਾ ਹੈ, ਉਸਨੇ ਗੁਰੂ ਦਾ ਸ਼ਬਦ ਰੂਪ ਬਿਲਾਵਲ ਰਾਗ ਉਚਾਰ ਕੇ ਸਭ ਤੋਂ ਸ੍ਰੇਸ਼ਟ ਪਰਮਾਤਮਾ ਦੇ ਗੁਣ ਗਾਏ ਹਨ। ਉਸਨੇ ਸਤਿਗੁਰੂ ਦਾ ਉਪਦੇਸ਼ ਸੁਣ ਕੇ ਹਿਰਦੇ ਵਿੱਚ ਵਸਾਇਆ ਹੈ। ਸਭ ਦਿਨਸ ਰਹਿਣ ਗੁਣ ਉਚਰੈ ਹਰ 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 ਉਰ ਲਿਵ ਲਾਗ। ਉਹ ਮਨੁੱਖ ਸਾਰਾ ਦਿਨ ਅਤੇ ਸਾਰੀ ਰਾਤ ਅੱਠੇ ਪਹਿਰ ਪ੍ਰਭੂ ਦੇ ਗੁਣ ਗਾਉਂਦਾ ਹੈ, ਕਿਉਂਕਿ ਉਸਦੇ ਹਿਰਦੇ ਵਿੱਚ ਪ੍ਰਭੂ ਦੀ ਯਾਦ ਦੀ ਲਗਨ ਲੱਗੀ ਰਹਿੰਦੀ ਹੈ। ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ। ਉਸਦਾ ਸਾਰਾ ਤਨ ਸਾਰਾ ਮਨ ਹਰਾ ਭਰਾ ਹੋ ਜਾਂਦਾ ਹੈ, ਆਤਮਕ ਜੀਵਨ ਦੇ ਰਸ ਨਾਲ ਭਰ ਜਾਂਦਾ ਹੈ। ਉਸਦਾ ਮਨ ਇਉਂ ਖਿੜ ਪੈਂਦਾ ਹੈ ਜਿਵੇਂ ਹਰਾ ਹੋਇਆ ਹੋਇਆ ਬਾਗ ਹੈ। ਅਗਿਆਨ ਅੰਧੇਰਾ ਮਿਟ ਗਿਆ, ਗੁਰ ਚਾਨਣ ਗਿਆਨ ਚਿਰਾਗ। ਗੁਰੂ ਦੀ ਦਿੱਤੀ ਹੋਈ ਆਤਮਕ ਜੀਵਨ ਦੀ ਸੂਝ ਉਸਦੇ ਅੰਦਰੋਂ ਮਾਨੋ ਦੀਵਾ ਰੋਸ਼ਨੀ ਕਰ ਦਿੰਦਾ ਹੈ, ਜਿਸ ਦੀ ਬਰਕਤ ਨਾਲ ਉਸਦੇ ਅੰਦਰੋਂ ਆਤਮਕ ਜੀਵਨ ਵੱਲੋਂ ਬੇਸਮਝੀ ਦਾ ਹਨੇਰਾ ਮਿਟ ਜਾਂਦਾ ਹੈ। ਜਨ ਨਾਨਕ ਜੀਵੈ ਦੇਖ ਹਰ ਇੱਕ ਨਿਮਕ ਘੜੀ ਮੁੱਖ ਲਾਗ। ਹੇ ਹਰੀ, ਤੇਰਾ ਦਾਸ ਨਾਨਕ ਅਜਿਹੇ ਗੁਰਮੁਖ ਮਨੁੱਖ ਨੂੰ ਵੇਖ ਕੇ ਆਤਮਕ ਜੀਵਨ ਹਾਸਲ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਭਾਵੇਂ ਇੱਕ ਪਲ ਭਰ ਹੀ ਉਸਦਾ ਦਰਸ਼ਨ ਹੋਵੇ। ਮਹੱਲਾ ਤੀਜਾ। ਇਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਬਿਲਾਵਲ ਤਬ ਹੀ ਕੀਜੀਐ ਜਬ ਮੁੱਖ ਹੋਵੇ ਨਾਮ। ਹੇ ਭਾਈ, ਪੂਰਨ ਆਤਮਿਕ ਆਨੰਦ ਤਦੋਂ ਹੀ ਮਾਨਿਆ ਜਾ ਸਕਦਾ ਹੈ ਜਦੋਂ ਪ੍ਰਭੂ ਦਾ ਨਾਮ ਮਨੁੱਖ ਦੇ ਮੂੰਹ ਵਿੱਚ ਟਿਕਦਾ ਹੈ। ਰਾਗ ਨਾਦ ਸ਼ਬਦ ਸੋਹਣੇ ਜਾਂ ਲਾਗੈ ਸਹਿਜ ਧਿਆਨ। ਹੇ ਭਾਈ, ਰਾਗ ਅਤੇ ਨਾਦ ਵੀ ਗੁਰੂ ਦੇ ਸ਼ਬਦ ਦੇ ਰਾਹੀਂ ਤਦੋਂ ਹੀ ਸੋਹਣੇ ਲੱਗਦੇ ਹਨ ਜਦੋਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮਨੁੱਖ ਦੀ ਸੁਰਤ ਆਤਮਕ ਅਡੋਲਤਾ ਵਿੱਚ ਟਿੱਕੀ ਰਹਿੰਦੀ ਹੈ। ਰਾਗ ਨਾਦ ਛੋੜ ਹਰ ਸੇਵੀਐ ਤਾਂ ਦਰਗਹਿ ਪਾਈਐ ਮਾਣ। ਹੇ ਭਾਈ, ਸੰਸਾਰਕ ਰਾਗ ਰੰਗ ਦਾ ਰਸ ਛੱਡ ਕੇ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ, ਤਦੋਂ ਹੀ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ। ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਚੁੱਕੈ ਮਨ ਅਭਿਮਾਨ। ਹੇ ਨਾਨਕ ਆਖ, ਜੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦੀ ਯਾਦ ਵਿੱਚ ਮਨ ਟਿਕਾਈਏ ਤਾਂ ਮਨ ਵਿੱਚ ਟਿਕਿਆ ਹੋਇਆ ਅਹੰਕਾਰ ਦੂਰ ਹੋ ਜਾਂਦਾ ਹੈ। ਪੌੜੀ, ਤੂੰ ਹਰ ਪ੍ਰਭ ਆਪ ਅਗੰਮ ਹੈ, ਸਭ ਤੁਧ ਉਪਾਇਆ।
ਹੇ ਹਰੀ, ਤੂੰ ਆਪ ਹੀ ਸਭ ਜੀਵਾਂ ਦਾ ਮਾਲਕ ਹੈ। ਸਾਰੇ ਜੀਵ ਤੂੰ ਆਪ ਹੀ ਪੈਦਾ ਕੀਤੇ ਹੋਏ ਹਨ, ਪਰ ਤੂੰ ਜੀਵਾਂ ਦੀ ਪਹੁੰਚ ਤੋਂ ਪਰੇ ਹੈ। ਤੂੰ ਆਪੇ ਆਪ ਵਰਤਦਾ ਸਭ ਜਗਤ ਸਵਾਇਆ। ਇਹ ਜੋ ਸਾਰਾ ਜਗਤ ਦਿਸ ਰਿਹਾ ਹੈ, ਇਸ ਵਿੱਚ ਹਰ ਥਾਂ ਤੂੰ ਆਪ ਹੀ ਆਪ ਵਿਆਪਕ ਹੈ। ਤੁਦ ਆਪੇ ਤਾੜੀ ਲਾਈ ਹੈ, ਆਪੇ ਗੁਣ ਗਾਇਆ। ਸਾਰੇ ਜੀਵਾਂ ਵਿੱਚ ਵਿਆਪਕ ਹੋ ਕੇ ਸਮਾਧੀ ਵੀ ਤੂੰ ਆਪ ਹੀ ਲਾ ਰਿਹਾ ਹੈ, ਅਤੇ ਆਪਣੇ ਗੁਣ ਵੀ ਤੂੰ ਆਪ ਹੀ ਗਾ ਰਿਹਾ ਹੈ। ਹਰ ਧਿਆਵ ਉਹ ਭਗਤ ਉਹ ਦਿਨ ਸਰਾਤ ਅੰਤ ਲਏ ਛਡਾਇਆ। ਹੇ ਸੰਤ ਜਣੋ, ਦਿਨ ਰਾਤ ਹਰ ਵੇਲੇ ਪ੍ਰਭੂ ਦਾ ਧਿਆਨ ਧਰਿਆ ਕਰੋ, ਉਹ ਪ੍ਰਭੂ ਹੀ ਅੰਤ ਵਿੱਚ ਬਚਾਉਂਦਾ ਹੈ। ਜਿਨ ਸੇਵਿਆ ਤਿਨ ਸੁਖ ਪਾਇਆ, ਹਰ ਨਾਮ ਸਮਾਇਆ। ਜਿਸ ਵੀ ਮਨੁੱਖ ਨੇ ਉਸਦੀ ਸੇਵਾ ਭਗਤੀ ਕੀਤੀ, ਉਸਨੇ ਹੀ ਸੁੱਖ ਪ੍ਰਾਪਤ ਕੀਤਾ, ਕਿਉਂਕਿ ਉਹ ਸਦਾ ਪ੍ਰਭੂ ਦੇ ਨਾਮ ਵਿੱਚ ਲੀਨ ਰਹਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।